ਭਾਰਤ ਤੇ ਪਾਕਿਸਤਾਨ ਨੇ ਸ੍ਰੀ ਗੁਰੂਤਾਰਪੁਰ ਸਾਹਿਬ ਲਾਂਗੇ ਨੂੰ ਲੈ ਕੇ ਅਗਲੇ 5 ਸਾਲਾਂ ਲਈ ਸਮਝੌਤੇ ਦਾ ਨਵੀਨੀਕਰਨ ਕਰ ਦਿੱਤਾ ਹੈ ਜੀ ਹਾਂ ਇਸ ਸਬੰਧ ਵਿੱਚ ਜਾਣਕਾਰੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਵੱਲੋਂ ਦਿੱਤੀ ਗਈ ਹੈ ਸੋ ਦੱਸਦੇ ਨੇ ਆ ਕਿ ਕਰਤਾਰਪੁਰ ਸਾਹਿਬ ਗੁਰਦੁਆਰੇ ਨੂੰ ਗੁਰਦੁਆਰਾ ਦਰਬਾਰ ਸਾਹਿਬ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ ਔਰ ਇਹ ਸਿੱਖਾਂ ਦੇ ਲਈ ਇੱਕ ਮਹੱਤਵਪੂਰਨ ਧਾਰਮਿਕ ਸਥਾਨ ਹੈ ਕਿਉਂਕਿ ਇੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ ਸਾਲ ਇੱਥੇ ਬਿਤਾਏ ਸਨ ਸੋ ਬਿਤੇ ਜੋ ਐਗਰੀਮੈਂਟ ਸਾਈਨ ਹੋਏ ਸੀ 5 ਸਾਲ ਦੇ ਲਈ ਜਿਹੜਾ ਸੀਗਾ ਉਹ ਐਗਰੀਮੈਂਟ ਸੀਗਾ 24 ਅਕਤੂਬਰ 2019 ਨੂੰ ਐਗਰੀਮੈਂਟ ਸਾਈਨ ਕੀ ਦਾ ਗਿਆ ਸੀਗਾ ਔਰ 5 ਸਾਲ ਤੱਕ ਹੀ ਇਹ ਵਿਆਦ ਸੀਗਾ ਔਰ ਹੁਣ ਜਿਹੜੀ ਇਸ ਦੀ ਵੈਦਤਾ ਹੈਗੀ ਆ ਜਿਹੜੀ ਐਗਰੀਮੈਂਟ ਹੈਗਾ ਉਹ ਵਧਾ ਦਿੱਤਾ ਗਿਆ ਏ ਔਰ ਹੁਣ ਉਹ 5 ਸਾਲ ਲਈ ਹੋਰ ਵਧਾ ਦਿੱਤਾ ਗਿਆ ਜਿਸ ਕਰਕੇ ਹੁਣ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਅ ਸ਼੍ਰੀ ਕਰਤਾਰਪੁਰ ਸਾਹਿਬ ਜੋ ਗੁਆਂਡੀ ਮੁਲਕ ਵਿੱਚ ਸਥਾਪਿਤ ਹੈ ਗੁਰਦੁਆਰਾ ਸਾਹਿਬ ਉੱਥੇ ਨਤਮਸਤਕ ਹੋਣ ਦੇ ਲਈ ਜਾ ਸਕਣਗੀਆਂ ਸੋ ਸਿੱਖ ਸੰਗਤਾਂ ਲਈ ਵੱਡੀ ਖੁਸ਼ਖਬਰੀ ਹੈ ਔਰ ਇਸ ਵੈਦਤਾ ਨਾਲ ਯਾਨੀ ਕਿ ਇਸ ਐਗਰੀਮੈਂਟ ਦੇ ਨਾਲ ਜੋ 5 ਸਾਲ ਦੀ ਐਗਰੀਮੈਂਟ ਵਧਾ ਦਿੱਤੀ ਗਈ ਹੈ ਉਸ ਨਾਲ ਸਿੱਖ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਕਿਉਂਕਿ ਉਹਨਾਂ ਦਾ ਧਾਰਮਿਕ ਸਥਾਨ ਹੈ ਔਰ ਦੂਦਰਾਡੇ ਤੋਂ ਸੰਗਤਾਂ ਇੱਥੇ ਨਤਮਸਤਕ ਹੋਣ ਦੇ ਲਈ ਜਾਂਦੀਆਂ ਰਹੀਆਂ ਨੇ ਔਰ 5 ਸਾਲ ਦੀ ਜਿਹੜੀ ਐਗਰੀ ਸਿਓ ਖਤਮ ਹੋਣ ਵਾਲਾ ਸੀਗਾ ਤੇ ਹੁਣ ਇਹ ਐਗਰੀਮੈਂਟ ਜਿਹੜਾ ਹੈ ਉਹ ਹੋਰ ਵਧਾ ਦਿੱਤਾ ਗਿਆ ਹੈ 5 ਸਾਲ ਲਈ ਯਾਨੀ ਕਿ 5 ਸਾਲ ਲਈ ਹੁਣ ਇਹ ਜਿਹੜਾ ਕਰਤਾਰਪੁਰ ਕਾਰਿਡੋਰ ਹੈ ਇਸ ਰਾਹੀਂ ਜਿਹੜੀ ਸਿੱਖ ਸੰਗਤਾਂ ਨੇ ਉਹ ਗੁਰਦੁਆਰਾ ਸਾਹਿਬ ਚ ਨਤਮਸਤਕ ਹੋਣ ਦੇ ਲਈ ਜਾ ਸਕਦੀਆਂ ਨੇ ਸੋ ਵੱਡੀ ਖਬਰ ਹੈ ਕਰਤਾਰਪੁਰ ਸਾਹਿਬ ਜੋ ਕਿ ਸਿੱਖਾਂ ਆਮ ਦੇ ਧਾਰਮਿਕ ਸਥਾਨ ਹੈ ਔਰ ਉੱਥੇ ਨਤਮਸਤਕ ਹੋਣ ਦੇ ਲਈ ਸੰਗਤਾਂ ਬਹੁਤ ਸਾਲਾਂ ਤੋਂ ਜਿਹੜੀ ਨੇ ਅਰਦਾਸ ਕਰੀਆਂ ਸੀ ਕਿ ਉਹ ਵੀ ਇਸ ਧਾਰਮਿਕ ਸਥਾਨ ਤੇ ਨਤਮਸਤਕ ਹੋਣ ਔਰ ਇਸ ਨੂੰ ਲੈ ਕੇ 5 ਸਾਲ ਦਾ ਐਗਰੀਮੈਂਟ 2019 ਚ ਹੋਇਆ ਸੀ ਔਰ 5 ਸਾਲ ਜਿਹੜੇ ਨੇ ਉਹ ਖਤਮ ਹੋ ਰਹੇ ਨੇ ਔਰ ਇੱਥੇ ਹੀ ਹੁਣ ਵਿਦੇਸ਼ ਮੰਤਰੀ ਐਸ ਜੀ ਸ਼ੰਕਰ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਐਗਰੀਮੈਂਟ ਜਿਹੜਾ ਹੁਣ ਵਧਾ ਦਿੱਤਾ ਗਿਆ ਯਾਨਕੀ 5 ਸਾਲ ਹੁਣ ਹੋਰ ਸੰਗਤਾਂ ਜਿਹੜੀਆਂ ਨੇ ਉਹ ਇੱਥੇ ਨਤਮਸਤਕ ਹੋਣ ਦੇ ਲਈ ਜਾ ਸਕਦੇ ਨੇ ਸੋ ਗਲਿਆਰੇ ਦੇ ਸਮਝੌਤੇ ਨੂੰ ਅੱਗੇ ਵਿਧਾਨ ਤੋਂ ਇਲਾਵਾ ਭਾਰਤ ਨੇ ਪਾਕਿਸਤਾਨ ਤੋਂ ਤੀਰਥ ਯਾਤਰੀਆਂ ਦੇ ਲਗਾਏ ਜਾਣ ਵਾਲੇ 20 ਅਮਰੀਕੀ ਡਾਲਰ ਦੇ ਸੇਵਾ ਸ਼ੁਲਕ ਜਿਹੜਾ ਜਿਹੜਾ ਪੈਸਾ ਹੈ ਉਸ ਨੂੰ ਮਾਫ ਕਰਨ ਦੀ ਵੀ ਜਿਹੜੀ ਹੈ ਉਹ ਬੇਨਤੀ ਕੀਤੀ ਹੈ ਕਈ ਸਾਲਾਂ ਤੋਂ ਜਿਹੜੇ ਸੰਗਤਾਂ ਨੇ ਯ ਸਿੱਖ ਸੰਗਠਨ ਜੋ ਪੈਸੇ ਲੱਗ ਲੱਗਦੇ ਨੇ ਉਸ ਨੂੰ ਹਟਾਉਣ ਦੀ ਮੰਗ ਕਰ ਰਹੇ ਸੀ ਔਰ ਸੰਗთა ਇਸ ਗੱਲ ਉੱਤੇ ਜ਼ੋਰ ਵੀ ਦਿੰਦਿਆਂ ਸੀ ਕਿ ਇਹ ਇੱਕ ਧਾਰਮਿਕ ਯਾਤਰਾ ਉੱਥੇ ਵਿੱਤੀ ਜਿਹੜੀ ਆਰਥਿਕ ਬੋਝ ਹੈ ਉਹ ਨਹੀਂ ਪੈਣਾ ਚਾਹੀਦਾ ਸੋ ਇਸ ਗੱਲ ਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਇਹ ਵੀ ਗੱਲ ਜਿਹੜੀ ਹੈ ਉਹ ਗੁਆਡੀ ਆ ਮੁਲਕ ਪਾਕਿਸਤਾਨ ਦੀ ਸਰਕਾਰ ਦੇ ਨਾਲ ਗੱਲਬਾਤ ਕੀਤੀ ਗਈ ਹੈ ਫਿਲਹਾਲ ਵੱਡੀ ਖਬਰ ਆਪਾਂ ਕਹਿ ਸਕਦੇ ਆ 5 ਸਾਲ ਲਈ ਇੱਕ ਐਗਰੀਮੈਂਟ ਜਿਹੜਾ ਹੈ ਉਹ ਵਧਾ ਦਿੱਤਾ ਗਿਆ ਔਰ ਇਸ ਐਗਰੀਮੈਂਟ ਦਾ ਫਾਇਦਾ ਜਿਹੜਾ ਹੈ ਉਹ ਸਿੱਖ ਸੰਗਤਾਂ ਨੂੰ ਹੋਣ ਗਿਆ ਜਿਹੜੇ ਕੀ ਉਹਨਾਂ ਦੇ ਧਾਰਮਿਕ ਸਥਾਨ ਨੇ ਉਥੇ ਨਤਮਸਤਕ ਹੋ ਸਕਣਗੀਆਂ ਫਿਲਹਾਲ ਬਹੁਤ ਵੱਡੀ ਖਬਰ ਹੈ ਸਿੰਘ ਸੰਗਤਾਂ ਜਿਨ੍ਹਾਂ ਦੀ ਆਸਥਾ ਜਿਹੜੀ ਹੈ ਉਹ ਜੁੜੀ ਹੋਈ ਹੈ ਪਾਕਿਸਤਾਨ ਦੇ ਵਿੱਚ ਜੋ ਧਾਰਮਿਕ ਗੁਰਦੁਆਰੇ ਨੇ ਉਥੇ ਨਹੀਂ ਜਾ ਸਕਦੇ ਸੀ ਪਰ ਹੁਣ 2019 ਦੇ ਵਿੱਚ ਇਹ ਕਰਤਾਰਪੁਰ ਕੋਰੀਡੋਰ ਦਾ ਕੰਮ ਜਿਹੜਾ ਹੈ ਉਹ ਕੀਤਾ ਗਿਆ ਉਥੇ ਬਣਾਇਆ ਗਿਆ ਔਰ ਸੰਗਤਾਂ ਜਿਹੜੀਆਂ ਨੇ ਉਥੇ ਗਈਆਂ ਨੇ ਜਾਂਦੀਆਂ ਰਹੀਆਂ ਨੇ ਨਤਮਸਤਕ ਹੋ ਕੇ ਆ ਰਹੀਆਂ ਨੇ ਔਰ ਹੁਣ 5 ਸਾਲ ਦਾ ਐਗਰੀਮੈਂਟ ਹੋਰ ਵਧਾ ਦਿੱਤਾ ਗਿਆ ਯਾਨੀ ਕਿ ਇੱਕ ਤਰ੍ਹਾਂ ਕਹਿ ਸਕਦੇ ਆ ਕਿ ਭਾਰਤ ਪਾਕਿਸਤਾਨ ਦੇ ਵਿੱਚ ਜੋ ਖਟਾਸ ਹੈ ਉਸ ਦੇ ਵਿੱਚ ਵੀ ਹੁਣ ਕਿਤੇ ਨਾ ਕਿਤੇ ਕਮੀ ਜੜੀ ਹੈ ਉਹ ਨਜ਼ਰ ਆ ਰਹੀ ਹੈ ਤਾਂ ਕਿ ਜਿਹੜੀਆਂ ਸੰਗਤਾਂ ਨੇ ਉੱਥੇ ਆਣ ਔਰ ਉਸ ਤੋਂ ਬਾਅਦ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਕਰਨ ਕੇ ਆਪਣੇ ਆਪ ਨੂੰ ਜਿਹੜਾ ਹੈ ਉਹ ਖੁਸ਼ਕਿਸਮਤ ਸਮਝਣ ਔਰ ਜਿਹੜੀ ਸਿੱਖ ਸੰਗਤਾਂ ਦੀ ਆਸਥਾ ਜੁੜੀ ਹੋਈ ਹੈ ਉਹ ਇਸੇ ਤਰ੍ਹਾਂ ਦੇ ਨਾਲ ਬਰਕਰਾਰ ਰਵੇ ਔਰ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਉਹ ਕਰ ਸਕਣ ਫਿਲਹਾਲ ਵੱਡੀ ਖਬਰ ਹੈ ਕਰਤਾਰਪੁਰ ਸਾਹਿਬ ਦੇ ਲਈ ਭਾਰਤ ਪਾਕਿਸਤਾਨ ਵੱਲੋਂ ਜੋ ਲਾਂਘਾ ਬਣਾਇਆ ਗਿਆ ਏ ਉਸ ਨੂੰ ਅਗਲੇ 5 ਸਾਲਾਂ ਲਈ ਸਮਝੌਤੇ ਦਾ ਨਵੀਨੀਕਰਨ ਕਰ ਦਿੱਤਾ ਗਿਆ ਫਿਲਹਾਲ ਦੱਸ ਦੇਣੀ ਹੈ ਕਿ ਸਥਾਨ ਪੰਜਾਬ ਪਾਕਿਸਤਾਨ ਦੇ ਨਰੋਵਾਲ ਜ਼ਿਲ੍ਹੇ ਵਿੱਚ ਆਉਂਦਾ ਏ ਇੱਥੇ ਕਰਤਾਰਪੁਰ ਸਥਿਤ ਹੈ ਔਰ ਇਸ ਥਾਂ ਲਾਹੌਰ ਤੋਂ 120 ਕਿਲੋਮੀਟਰ ਤੇ ਭਾਰਤ ਪਾਕਿਸਤਾਨ ਸਰ ਤੋਂ ਸਿਰਫ 3 ਕਿਲੋਮੀਟਰ ਦੂਰ ਹੈ ਫਿਲਹਾਲ 16 ਸਾਲ ਆਪਣੀ ਜ਼ਿੰਦਗੀ ਦੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ 16 ਸਾਲ ਇੱਥੇ ਬਤਾਏ ਸਨ ਔਰ ਇੱਥੇ ਗੁਰੂ ਨਾਨਕ ਦੇਵ ਜੀ ਨੇ ਸਥਾਨ ਆਪਣਾ ਸਰੀਰ ਵੀ त्यागਿਆ ਸੀ ਜਿਸ ਤੋਂ ਬਾਅਦ ਇੱਥੇ ਗੁਰਦੁਆਰਾ ਦਰਬਾਰ ਸਾਹਿਬ ਬਣਾਇਆ ਗਿਆ ਜਿਸ ਦੇ ਦਰਸ਼ਨ ਕਰਨ ਦੇ ਲਈ ਤਾਂ ਜਿਹੜੀ ਹੈ ਉਹ ਸੰਗਤਾਂ ਦੇ ਵਿੱਚ ਰਹੀ ਹੈ ਔਰ ਸੰਗਤਾਂ ਜਦੋਂ ਕੋਰੀਡੋਰ ਬਣ ਗਿਆ ਐਗਰੀਮੈਂਟ ਹੋ ਗਿਆ 5 ਸਾਲ ਦਾ ਤੇ ਸੰਗਤਾਂ ਜਿਹੜੀਆਂ ਨੇ ਦੂਰ ਦਰਾਡੇ ਤੋਂ ਦੇਸ਼ ਵਿਦੇਸ਼ਾਂ ਤੋਂ ਇੱਥੇ ਆਈਆਂ ਨਤਮਸਤਕ ਹੋ ਕੇ ਜਿਹੜੇ ਆਪਣੇ ਆਪ ਨੂੰ ਕਾਫੀ ਵੱਡ ਭਾਗਾ ਮਹਿਸੂਸ ਕੀਤਾ ਔਰ ਹੁਣ ਸਰਕਾਰ ਨੇ ਭਾਰ ਪਾਕਿਸਤਾਨ ਦੋਨਾਂ ਸਰਕਾਰਾਂ ਨੇ ਮਿਲ ਕੇ ਹੁਣ ਐਗਰੀਮੈਂਟ 5 ਸਾਲ ਲਈ ਹੋਰ ਵਧਾ ਦਿੱਤਾ ਗਿਆ ਯਾਨੀ ਕਿ ਇਹ 5 ਸਾਲ ਤੁਸੀਂ ਹੁਣ ਆਪਣੇ ਗੁਰੂ ਧਾਮਾਂ ਦੇ ਜਗਵੰਦੀ ਮੁਲਕ ਵਿੱਚ ਸਥਿਤ ਨੇ ਉੱਥੇ ਦਰਸ਼ਨ ਤੁਸੀਂ ਕਰਨ ਲਈ ਜਾ ਸਕਦੇ ਹੋ ਜੋ ਕਿ ਐਸ ਜੈ ਸ਼ੰਕਰ ਜੋ ਵਿਦੇਸ਼ ਮੰਤਰੀ ਨੇ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਔਰ ਉਹਨਾਂ ਨੇ ਕਿਹਾ ਹੈ ਕਿ ਮੋਦੀ ਸਰਕਾਰ ਸਾਡੇ ਸਿੱਖ ਭਾਈਚਾਰੇ ਨੂੰ ਉਹਨਾਂ ਦੇ ਪਵਿੱਤਰ ਸਥਾਨਾਂ ਤੱਕ ਪਹੁੰਚਣ ਦੀ ਸਹੂਲਤ ਜਾਰੀ ਰੱਖੇਗੀ ਫਿਲਹਾਲ ਇੱਕ ਹੋਰ ਖ਼ਬਰ ਜਾਦਦੇ ਨੇ ਵੱਡੀ ਖ਼ਬਰ ਹੈ ਭਾਰਤ ਅਤੇ ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ 5 ਸਾਲਾਂ ਦਾ ਐਗਰੀਮੈਂਟ ਜੜਾ